ਨਾ ਜੀ ਵੀਡੀਓ ਵਾਇਰਲ ਹੋਈ ਸੀ ਹਰੂਵਾਲ ਤੋਂ ਜੀ। ਦੋ ਜਣੇ ਸੀ ਨਰਿੰਦਰ ਅਤੇ ਉਪਿੰਦਰ ਜੀ, ਉਹਨਾਂ ਦੇ ਨਾਲ ਕਾਫੀ ਲੇਡੀਜ਼ ਸੀਗੀਆਂ। ਉਹਨਾਂ ਨੇ ਵੀਡੀਓ ਵਾਇਰਲ ਕੀਤੀ ਵੀ ਸਰਕਾਰ ਅਤੇ ਪ੍ਰਸ਼ਾਸਨ ਸਾਨੂੰ ਪੁੱਛ ਨਹੀਂ ਰਿਹਾ, ਸਾਡੇ ਘਰ ਕੋਈ ਰਾਸ਼ਨ ਨਹੀਂ ਹੈਗਾ ਖਾਣ ਨੂੰ। ਤੋ ਇਮੀਡੀਏਟਲੀ ਮੈਂ SDM ਸਾਹਿਬ ਨਾਲ ਗੱਲ ਕੀਤੀ, ਇੱਕ ਪਟਵਾਰੀ ਨੂੰ ਡਿਪਿਊਟ ਕੀਤਾ, ਨਾਲ ਮੈਂ ਆਪਣੇ ਮੁੱਖ ਅਫਸਰ SHO ਥਾਣਾ ਡੇਰਾ ਬਾਬਾ ਨਾਨੂ ਗਿਆ ਵੀ ਇਮੀਡੀਏਟਲੀ ਉੱਥੇ 5-7 ਕਿੱਟਾਂ ਲਓ ਖਾਣੇ ਦੀਆਂ, ਰਾਸ਼ਨ ਦੀਆਂ, ਅਤੇ ਉਹਨਾਂ ਦੇ ਘਰ ਲੈ ਕੇ ਚੱਲੋ ਜਿਨ੍ਹਾਂ ਦੇ ਘਰ ਰਾਸ਼ਨ ਨਹੀਂ ਹੈਗਾ। ਲੇਕਿਨ ਉਹ ਜਦੋਂ ਜਾ ਕੇ ਚੈੱਕ ਕੀਤਾ, ਇੱਕ ਦੇ ਘਰ 4 ਸਿਲੰਡਰ, ਇੱਕ ਦੇ ਘਰ 2 ਸਿਲੰਡਰ। ਕਿਚਨ ਚੈੱਕ ਕੀਤੀ, ਉਹਦੀ ਵੀ ਅਸੀਂ ਮੂਵੀ ਬਣਾਈ ਹੈ। ਟੋਟਲੀ ਸਮਾਨ ਉਹਨਾਂ ਦੇ ਘੱਟੋ ਇੱਕ ਦੇ ਘਰ 25-30 ਕਿਲੋ ਆਲੂ, 10 ਕਿਲੋ ਤੋਂ ਵੱਧ ਪਿਆਜ਼ ਹੋਣੇ ਆ, ਸਾਰੇ ਆਟੇ ਦੇ ਡਰੰਮ ਭਰੇ ਪਏ। ਲੇਕਿਨ ਅਸੀਂ ਉਹ ਜਦੋਂ ਚੈੱਕ ਕੀਤੀ ਉਹਦੀ ਵਾਇਰਲ, ਉਹਨੂੰ ਪੁੱਛਿਆ ਵੀ ਇਹ ਵੀਡੀਓ ਕਿਉਂ ਵਾਇਰਲ ਕੀਤੀ, ਨਹੀਂ ਜੀ ਅਸੀਂ ਗਲਤੀ ਕਰ ਲਈ ਹੈ। ਤੋ ਇਸ ਤਰ੍ਹਾਂ ਦੀ ਉਹਨੂੰ ਨਹੀਂ ਸੀ ਕਰਨਾ ਚਾਹੀਦਾ। ਉਹਦੇ ਖਿਲਾਫ਼ ਜਿਹੜੀ ਕਾਨੂੰਨ ਦੀ ਕਾਰਵਾਈ ਅਮਲ 'ਚ ਲਿਆ ਰਿਹਾ ਵੀ ਉਹਨੇ ਇੱਕ ਇਕੱਠ ਕੀਤਾ ਪਿੰਡ 'ਚ ਇਹਨਾਂ ਵਾਇਰਸ ਦੇ ਹੁੰਦਿਆਂ ਵੀ, ਕਰਫਿਊ ਲੱਗਿਆਂ ਦੇ ਹੁੰਦਿਆਂ ਵੀ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਨੇ ਆ। ਅਤੇ ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਇਹੋ ਜਿਹਾ? ਅਪੀਲ ਇਹੀ ਕਰਨਾ ਚਾਹੁੰਦੇ ਹਾਂ ਵੀ ਜਿਹੜਾ ਕੋਈ ਜਾਇਜ਼ ਆਪਣੇ ਆਪ ਨੂੰ ਸਮਝਦਾ ਕਿ ਮੇਰੇ ਘਰ ਰਾਸ਼ਨ ਨਹੀਂ ਹੈਗਾ, ਉਹ ਹੈਲਪਲਾਈਨ ਨੰਬਰ ਰਿਹਾ, ਸਾਡੇ ਵਾਲਾ ਵੀ ਨੰਬਰ ਚੱਲ ਰਿਹਾ, SDM ਸਾਹਿਬ ਦਾ, DC ਸਾਹਿਬ ਦਾ ਵੀ, ਉਹਦੇ 'ਤੇ ਕਾਲ ਕਰ ਸਕਦਾ। ਅਸੀਂ ਉਸੇ ਵੇਲੇ ਉਹਨਾਂ ਨੂੰ ਕਿੱਟ ਮੁਹੱਈਆ ਕਰਾਵਾਂਗੇ, ਜੇ ਕਿਸੇ ਦਾ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਊਗੀ। ਲੇਕਿਨ ਝੂਠ ਵੀਡੀਓ ਨੂੰ ਪਾ ਦੇਣਾ, ਉਹਦੇ ਵਾਸਤੇ ਇਹਨਾਂ ਨੂੰ ਬੇਨਤੀ ਵੀ ਕਰਦੇ ਹਾਂ ਅਤੇ ਹੁਕਮ ਇਹਨਾਂ ਨੂੰ ਕਰਦੇ ਹਾਂ ਵੀ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਊਗੀ ਜਿਹਦੀ ਵੀ ਵੀਡੀਓ ਜਿਹੜੀ ਆ ਗਲਤ ਸਾਬਤ। ਕਿਹੜੀ ਧਾਰਾ ਲਾਈ ਹੈ ਇਹਨਾਂ ਦੀ? ਇਹਨਾਂ 188 APC ਦਾ ਪਰਚਾ ਦਿੱਤਾ। ਇਮੀਡੀਏਟਲੀ ਉਹਦਾ ਫੋਨ ਵੇਖੋ, ਬਿਜ਼ੀ ਹੋ ਸਕਦਾ, ਕਈ ਹੈਲਪਲਾਈਨ ਨੰਬਰ ਚੱਲ ਰਿਹਾ, ਸਾਡਾ ਵੀ 112 ਚੱਲ ਰਿਹਾ, ਔਰ ਕਿੱਟਾਂ ਪਈਆਂ ਵੀ ਆ ਤੁਹਾਡੇ ਕੋਈ ਆ, ਤੁਹਾਡੇ ਮਾਧਿਅਮ ਨਾਲ ਹੀ ਕਈ ਫੋਟੋਆਂ ਆ ਰਹੀਆਂ ਵਾ ਜਿੱਥੇ ਰਾਸ਼ਨ ਪਹੁੰਚ ਰਿਹਾ। ਤੋ ਕਿਸੇ ਦਾ ਹੋ ਸਕਦਾ ਥੋੜ੍ਹਾ ਲੇਟ ਹੋ ਜਾਵੇ, ਕਦੀ ਇਹ ਨਹੀਂ ਵੀ ਫੋਨ ਚੱਕਿਆ ਨਹੀਂ ਗਿਆ ਅਤੇ ਜਾਂ ਰਾਸ਼ਨ ਪਹੁੰਚੂਗਾ ਨਹੀਂ। ਅਸੀਂ ਸਾਰੇ ਦਿਨ ਮਜ਼ਦੂਰੀ ਕਰੀਏ ਅਤੇ ਫਿਰ ਰਾਤ ਨੂੰ ਆ ਕੇ ਤਾਂ ਰੋਟੀ ਪਾਣੀ ਖਾਈਦਾ ਹੈ, ਪਰ 10 ਦਿਨ ਹੋ ਗਏ ਹਨ, ਨਾ ਕੋਈ ਸਾਡੇ ਕੋਈ ਮਜ਼ਦੂਰੀ ਮਿਲ ਰਹੀ ਆ, ਨਾ ਕੋਈ ਸਾਨੂੰ ਕੋਈ ਰਾਸ਼ਨ ਪਾਣੀ ਮਿਲ ਰਿਹਾ। ਜੋ ਵੀ ਸਾਡੇ ਕੋਲ ਰਾਸ਼ਨ ਪਾਣੀ ਸੀ ਉਹ ਸਾਰਾ ਖਤਮ ਹੋ ਚੁੱਕਾ ਹੈ, ਅਤੇ ਬੱਚੇ ਸਾਡੇ ਭੁੱਖ ਦੇ ਨਾਲ ਵਿਲਕ ਰਹੇ, ਨਾ ਕਿਸੇ ਬੱਚੇ ਨੂੰ ਦੁੱਧ ਮਿਲ ਰਿਹਾ, ਨਾ ਕਿਸੇ ਨੂੰ ਰੋਟੀ ਮਿਲ ਰਹੀ ਹੈ। ਇਸ ਕਰਕੇ ਸਰਕਾਰ ਅੱਗੇ ਬੇਨਤੀ ਹੈ ਵੀ ਸਾਨੂੰ ਇੱਥੇ ਰਾਸ਼ਨ ਕੋਈ ਪਹੁੰਚਾਇਆ ਜਾਵੇ, ਕੋਈ ਡਾਕਟਰੀ ਸਹਾਇਤਾ ਦਿੱਤੀ ਜਾਵੇ, ਸਾਡੇ ਬੱਚੇ ਬਿਮਾਰ ਹਨ। ਫਿਰ ਇਹ ਅਸੀਂ ਰੋਜ਼ ਸੁਣ ਰਹੇ ਹਾਂ TV ਦੇ ਵਿੱਚ ਵੀ ਅਸੀਂ 10 ਕਿਲੋ ਆਟਾ ਪਹੁੰਚਾਵਾਂਗੇ, 2 ਕਿਲੋ ਖੰਡ ਪਹੁੰਚਾਵਾਂਗੇ, ਘਿਓ ਪਹੁੰਚਾਵਾਂਗੇ, ਪਰ ਸਾਡੇ ਤੱਕ ਅਜੇ ਕੋਈ ਵੀ ਨਹੀਂ ਪਹੁੰਚਾ, ਨਾ ਹੀ ਸ਼੍ਰੋਮਣੀ ਕਮੇਟੀ ਵੱਲੋਂ, ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ, ਅਤੇ ਨਾ ਹੀ ਪਿੰਡ ਵੱਲੋਂ। ਇਹ ਹੱਲ ਜੋੜ ਕੇ ਬੇਨਤੀ ਹੈ ਸਾਡੇ ਬੱਚਿਆਂ ਦੀ ਸਾਰ ਲਈ ਜਾਵੇ ਅਤੇ ਸਾਡੀ ਸਾਰ ਲਈ ਜਾਵੇ। ਵਾਹਿਗੁਰੂ। ਤਾਂ ਹੋ ਗਿਆ, ਸਾਨੂੰ ਘਰਾਂ 'ਚ ਵਿੱਚ ਭੁੱਖੇ ਭਾਣੇ ਬੈਠੇ ਹਾਂ, ਕੋਈ ਕੰਮਕਾਰ ਨਹੀਂ, ਕੋਈ ਦਿਹਾੜੀਦਾਰ ਨਹੀਂ, ਠੀਕ ਹੈ ਜੀ। ਅਸੀਂ ਰੋਜ਼ ਕਮਾਉਣ ਵਾਲੇ ਅਤੇ ਰੋਜ਼ ਖਾਣ ਵਾਲੇ ਹਾਂ, ਸਾਡੇ ਤੱਕ ਕੋਈ ਸਹਾਇਤਾ ਅਜੇ ਤੱਕ ਨਾ ਸਰਕਾਰ ਵੱਲੋਂ ਅਤੇ ਨਾ ਕਿਸੇ ਪਿੰਡ ਵਾਲੇ ਵਾਂਗ ਨੂੰ ਕੋਈ ਸਹਾਇਤਾ ਨਹੀਂ ਮਿਲੀ ਅਜੇ ਤੱਕ। ਸਰਕਾਰ ਦਾਅਵੇ ਕਰਨ ਦੀ ਹੈ TV 'ਚ ਦਿਖਾਈ ਜਾਣ ਦੀ, ਅਸੀਂ ਉਹ ਪਹੁੰਚਾਤਾ ਜੇ ਪਹੁੰਚਾਤਾ, ਕੱਖ ਨਹੀਂ ਪਹੁੰਚਾ ਅਜੇ ਤੱਕ ਜੀ। ਸਭ ਝੂਠ, ਬੱਚਿਆਂ ਵੱਲ ਵੇਖੋ, ਬੱਚੇ ਭੁੱਖੇ ਭਾਣੇ ਬੈਠੇ ਆ ਥੱਲੇ, ਬੁਰਾ ਹਾਲ ਹੈ ਜੀ ਇਹਨਾਂ ਦਾ। ਦੁਕਾਨਾਂ ਬੰਦ, ਦੁਕਾਨਾਂ ਬੰਦ ਆ, ਕੋਈ ਹਾਲ ਨਹੀਂ ਆ, ਕੋਈ ਦਵਾਈ ਦਾ ਹੀ ਨਹੀਂ ਵਿਵਸਥਾ ਹੈਗੀ, ਕੋਈ ਸਬਜ਼ੀ ਦੀ ਨਹੀਂ, ਕੋਈ ਮਤਲਬ ਸਹਾਇਤਾ ਹੀ ਨਹੀਂ ਜੀ ਹੈਗੀ। TV ਦੇ ਆਨੇ ਵਾਰ ਵਾਰ ਕਹਿਣ ਦੇ ਮਤਲਬ ਕਹੀ ਜਾਣ ਡੇ ਆ ਬਈ ਬਹੁਤ ਕੁਝ ਦੇ ਦਿੱਤਾ, ਜੇ ਦੇ ਦਿੱਤਾ, ਉਹ ਦੇ ਦਿੱਤਾ, ਕੱਖ ਨਹੀਂ ਮਿਲਿਆ ਅਜੇ ਤੱਕ।